अच्छा यार आज मेनू पूरा 1 महिना हो गया YouTube यूज करते। चैनल बनाए नु तकरीबन हां 1 महिना ਤਾਂ ਹੋ ਗਿਆ। ਜਿਸ ਦਿਨ ਮੈਂ ਪਹਿਲੇ ਦਿਨ ਆਪਣਾ ਕੀਤਾ ਸੀ ਨੇ ਚੈਨਲ ਬਣਾਇਆ ਸੀ ਤੇ ਮੇਰਾ ਸੀਨ ਇਹ ਹੋਈ ਸੀ ਕਿ ਮੈਂ ਜਿਹੜਾ ਨਾ ਮੇਰੇ ਕੋ ਮੇਰੇ ਅੱਛੇ ਖਾਸੇ ਦੋਸਤ ਨੇ ਯਾਨੀ ਕਿ ਮੇਰੇ ਨਾਲ ਗਰੁੱਪ ਦੇ ਵਿੱਚ ਵੀ ਲੋਕ ਐਡ ਨੇ ਸਾਰੇ ਦੋ ਗਾਡ ਨੇ ਮੈਨੂੰ ਟੈਨਸ਼ਨ ਨਹੀਂ ਹੋएगी। ਲੇਕਿਨ ਜਦੋਂ ਮੈਂ YouTube ਚੈਨਲ ਬਣਾ ਲਿਆ ਤੇ ਮੈਨੂੰ ਇੱਕ ਚੀਜ਼ ਦਾ ਆਈਡੀਆ ਹੋਇਆ ਕਿ ਲੋਕ ਜਿਹੜੇ ਦੋ ਲੋਕ ਜਿਹੜੇ ਨਾ ਉਹਨਾਂ ਦੇ ਵਿੱਚ ਦਿਖਾਵਾ ਹੋਰ ਹੁੰਦਾ ਐ ਐਕਚੁਅਲ ਐਕਚੁਅਲ ਕੰਮ ਹੋਰ ਹੁੰਦਾ ਉਹਨਾਂ ਦਾ ਯਾਨੀ ਕਿ ਤੁਸੀਂ ਖੜੇ ਹੋਵੋਗੇ ਨਾ ਦੁੱਧ ਨਾਲ 100 ਬੰਦਾ ਖੜਾ ਹੋ ਜਾਏਗਾ ਲੇਕਿਨ ਐਕਚੁਅਲੀ ਤੁਹਾਡੇ ਨਾਲ ਸਿਰਫ 5 ਤੋਂ 10 ਬੰਦੇ ਜਿਹੜੇ ਨਾ ਖੜੇ ਹੋਣਗੇ ਮੈਂ ਜਦੋਂ ਬਣਾਇਆ ਸਭ ਨੂੰ ਇਨਵਿਟੇਸ਼ਨ ਸੈਂਡ ਕੀਤਾ ਸਭ ਨੂੰ ਦੱਸਿਆ ਕਿ ਮੈਂ ਚੈਨਲ ਬਣਾ ਰਿਹਾ ਉਹਨਾਂ ਵਿੱਚ ਟੋਟਲ 5 ਲੋਕਾਂ ਨੇ ਗਰੁੱਪ ਜੁਆਇਨ ਕੀਤਾ ਮੇਰਾ ਚੈਨਲ ਜਨ ਸਬਸਕ੍ਰਾਈਬ ਕੀਤਾ ਲੇਕਿਨ ਫਿਰ ਮੈਂ ਅਕਸੀ ਸੋਚੀ ਕਿ ਯਾਰ ਕਦੇ ਵੀ ਕਿਸੇ ਦੀ ਉਮੀਦ ਲੈ ਕੇ ਕੋਈ ਕੰਮ ਸਟਾਰਟ ਨਹੀਂ ਕਰਨਾ ਚਾਹੀਦਾ ਠੀਕ ਆ ਫਿਰ ਮੈਂ ਦਾ ਕੰਮ ਕਰੀ ਹੁਣ ਕੀਤਾ ਹੁਣ ਮੈਨੂੰ ਆਲਮੋਸਟ 1 ਮਹੀਨੇ ਦੇ ਵਿੱਚ ਅੱਲਾਹ ਦਾ ਸ਼ੁਕਰ ਨਾਲ ਮੇਰੇ ਕੋਲ 550 ਤੋਂ ਉੱਤੇ ਸਬਸਕ੍ਰਾਈਬਰ ਹੋ ਗਏ ਤੇ ਕੰਟੀਨਿਊਸਲੀ ਵਰਕ ਕਰਨਾ ਇਹ ਵਧੇ ਜਾਣਗੇ ਲੇਕਿਨ ਮੈਂ ਦਾ ਕੰਮ ਨਹੀਂ ਛੱਡਣਾ ਲੇਕਿਨ ਦੱਸਦਾ ਮੈਂ ਸਿਰਫ ਇਸ ਵਾਸਤੇ ਪਿਆ ਕਿ ਦੂਸਰੇ ਵਾਸਤੇ ਵੀ ਮੇਰੀ ਇੱਕ ਜਿਹੜੋ ਕਹਿੰਦੇ ਨੇ ਨਾ ਕਿ ਕਿਸੇ ਇੱਕ ਬੰਦੇ ਨੇ ਐਕਸਪੀਰੀਅੰਸ ਹੋ ਗਿਆ ਹੋਵੇ ਨਾ ਦੂਸਰਾਂ ਨਾਲ ਸ਼ੇਅਰ ਕਰਨਾ ਲਾਜ਼ਮੀ ਹੈ ਕਦੇ ਵੀ ਕੋਈ ਕੰਮ ਕਰਨਾ ਹੋਵੇ ਨਾ ਮੇਰੇ ਭਾਈ ਕਿਸੇ ਦੀ ਉਮੀਦ ਰੱਖ ਆਦੇ ਮੁੰਡਿਆਂ ਦੇ ਕਰੋ ਕਾਮਯਾਬ ਹੋ ਗਏ ਤਾਂ ਵੀ ਠੀਕ ਹੈ ਨਾ ਇਹ ਤਾਂ ਵੀ ਕੋਈ ਨਹੀਂ ਅੱਲਾ ਖੈਰ ਕਰੇਗਾ ਕੋਈ ਰੋਣਾ ਹੀ ਕੋ ਨਹੀਂ